ਤੁਸੀਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕ ਲਈ ਹੈ ਤਾਂ ਇਸ ਦੇ ਨਾਲ ਹੀ 9 ਮੰਤਰੀ ਜੋ ਹੈ ਪੰਜਾਬ ਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਗਏ ਨੇ। That I will faithfully and conscientiously discharge my duties as a Chief Minister for the state of Punjab, and that I will do right to all manner of people in accordance with the Constitution and the law, without fear or favour, affection or ill will. I, Amrinder Singh, do swear in the name of God that I will not directly or indirectly communicate or reveal to any person or persons any matter which shall be brought under my consideration or shall become known to me as the Chief Minister for the State of Punjab, except as may be required for the due discharge of my duties as Chief Minister. पंजाब नू नवा कप्तान मिल रहा है कैप्टन अमरिंदर सिंह पंजाब दे नवे मुख्यमंत्री ते नाल ही नौ आगू पंजाब दी वजारत दे विच शामिल हो गए ने ते नवे मंत्री ने नाल ही नवियां जिम्मेवारियां भी इन्हां ते इसे ते चर्चा कर रहे हैं साढ़े नाल साढ़े खास मेहमान लगातार बने हुए ने विनरजीत गोल्डी जी अकाली दल दे आगू जुड़े हुए ने ते इस दे नाल ही हरजीत गरेवाल बीजेपी दे आगू ते हरदीप किंगड़ा जी आम अपना पंजाब पार्टी दे आगू जुड़े हुए ने। गरेवाल साहब हुण मैं तुहाडे कोल आना चाहूंगी क्योंकि इस दे विच एक आगू ओ भी ने नवजोत सिंह सिद्धू जो कि कदे तुहाडे नाल होया करदे सी बीजेपी दे विच ते अज जो है नवीआं जिम्मेवारियां नौ मंत्रियां नूं दित्तियां गईआं ते उहनां दी अगवाई कैप्टन अमरिंदर सिंह कर रहे ने पर तुहानूं की लगदा है कि इह जिम्मेवारियां इहनां ते बहुत वड्डियां ने या फिर चुनौतियां वड्डियां ने या उम्मीदां वड्डियां ने पंजाब दी जनता दीआं? इस तरह इंद्रजीत देखना यह हुंदा कि किन्नी निष्ठा नाल किन्नी तनदेही नाल व्यक्ति अपनी ड्यूटी का निर्वाह करता। गल यह है कि जो कोई भी व्यक्ति अपना काम किन्ना बड़ा होवे या छोटा होवे उहनूं तनदेही नाल निभाउंदा तां उहदा तजर्बा वध जांदा एक्सपीरियंस वध जांदा ਉਹਦੇ ਨਾਲ ਉਹਦੀ ਯੋਗਤਾ ਵੀ ਵੱਧਦੀ ਹੈ ਕਾਬਲੀਅਤ ਵੀ ਵੱਧਦੀ ਹੈ ਫਿਰ ਉਹਦੀ ਜ਼ਰੂਰਤ ਮਹਿਸੂਸ ਹੋ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਿਛਲੀ ਵਾਰ ਬੜਾ ਅੱਛਾ ਟੈਨਰ 'ਚ ਕੰਮ ਕੀਤਾ ਸੀ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲਈ ਹੋਰ ਬਿਹਤਰ ਕਰਨਗੇ ਔਰ ਪਰ ਇਹਦੇ 'ਚ ਇੱਕ ਗੱਲ ਇਹ ਆ ਕਿ ਜਿਹੜੇ ਮੰਤਰੀ ਮੰਡਲ ਦੇ ਵਿੱਚ ਕਈ ਐਸੇ ਚਿਹਰੇ ਆ ਜਿਨ੍ਹਾਂ ਦਾ ਪਹਿਲਾਂ ਕੋਈ ਐਜ਼ ਏ ਮਿਨਿਸਟਰ ਤਜਰਬਾ ਨਹੀਂ ਹੈ ਐਡਮਿਨਿਸਟ੍ਰੇਟਿਵ ਅਨੁਭਵ ਨਹੀਂ ਹੈ ਐਕਸਪੀਰੀਅੰਸ ਨਹੀਂ ਹੈ ਉਹਨਾਂ ਕੋਲ ਜੀ ਔਰ ਕੰਮ ਬਹੁਤ ਕਰਨ ਵਾਲੇ ਨੇ ਔਰ ਵਾਅਦੇ ਬਹੁਤ ਬੜੇ ਬੜੇ ਕਰ ਲਏ ਨੇ ਉਹਨਾਂ ਵਾਅਦਿਆਂ ਨੂੰ ਪੂਰਾ ਕਰਨਾ ਔਰ ਇਸ ਸਿਚੁਏਸ਼ਨ 'ਚ ਕਰਨਾ ਇਸ ਹਾਲਾਤ 'ਚ ਕਰਨਾ ਇੰਨਾ ਆਸਾਨ ਕੰਮ ਨਹੀਂ ਹੈ ਔਰ ਮੈਂ ਇਹ ਸਮਝਦਾ ਕਿ ਇਸ ਕੰਮ ਨੂੰ ਕਰਨ ਦੇ ਲਈ ਪੂਰੀ ਯੋਜਨਾ ਇਹਨਾਂ ਨੂੰ ਬਣਾਉਣੀ ਪੈਣੀ ਆ ਔਰ ਉਸ ਦੇ ਉੱਪਰ ਅਮਲ ਵੀ ਕਰਨਾ ਪੈਣਾ ਜੇ ਅਮਲ ਨਹੀਂ ਕਰਨਗੇ ਤਾਂ ਸਾਡੇ ਯੂਥ ਨਾਲ ਜਿਹੜੇ ਵਾਅਦੇ ਕੀਤੇ ਨੇ ਨੌਕਰੀਆਂ ਦੇ ਕੀਤੇ ਨੇ ਸਮਾਰਟਫੋਨ ਦੇ ਕੀਤੇ ਨੇ ਹੋਰ ਬਹੁਤ ਸਾਰੇ ਉਹਨਾਂ ਨੂੰ ਅਨਇੰਪਲੋਇਮੈਂਟ ਅਲਾਉਂਸ ਦੇਣ ਦੇ ਕੀਤੇ ਨੇ ਜਦੋਂ ਤੱਕ ਨੌਕਰੀ ਨਾ ਮਿਲੇ ਤੇ ਉਹ ਬਹੁਤ ਬੜੀ ਤਦਾਦ ਆ ਜਿਹਦੇ ਨਾਲ ਕੀਤੇ ਨੇ ਔਰ ਪਿੰਡਾਂ ਦੇ ਅੰਦਰੋਂ ਬਕਾਇਦਾ ਫਾਰਮ ਭਰਵਾਏ ਗਏ ਫਿਰ ਉਹਨਾਂ ਨਾਲ ਟੈਲੀਫੋਨ ਤੇ ਸੰਪਰਕ ਕੀਤੇ ਗਏ ਤੇ ਹੁਣ ਉਹਨਾਂ ਦੀਆਂ ਉਮੀਦਾਂ ਬਹੁਤ ਜਗੀਆਂ ਨੇ ਤੇ ਜੇ ਉਹਦੇ 'ਚ ਦੇਰੀ ਕੀਤੀ ਗਈ ਜਾਂ ਕੋਈ ਕੁਤਾਹੀ ਕੀਤੀ ਗਈ ਉਹ ਜਿਹੜਾ ਯੂਥ ਆ ਉਹ ਬੜਾ ਨਿਰਾਸ਼ ਹੋਏਗਾ। ਜਦੋਂ ਨੌਜਵਾਨਾਂ ਨੂੰ ਨਿਰਾਸ਼ਾ ਹੁੰਦੀ ਆ ਤਾਂ ਉਹਦਾ ਪ੍ਰਭਾਵ ਬੜਾ ਪੈਂਦਾ ਹੈਗਾ ਔਰ ਉਹਦੇ ਬੁਰੇ ਪ੍ਰਭਾਵ ਜ਼ਿਆਦਾ ਹੋ ਜਾਂਦੇ ਆ। ਇਸ ਕਰਕੇ ਮੈਂ ਇਹ ਸਮਝਦਾ ਕਿ ਮੈਂ ਇਹੀ ਕਾਮਨਾ ਕਰਦਾ ਕਿ ਇਹ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰੇ ਕਰਨ 'ਚ ਕਾਮਯਾਬ ਹੋਵੇ। ਅਸੀਂ ਅਪੋਜੀਸ਼ਨ ਦੇ ਨਾਤੇ ਜੋ ਸਹਿਯੋਗ ਇਹਨਾਂ ਨੂੰ ਸਾਡੇ ਕੋਲੋਂ ਚਾਹੀਦਾ ਹੋਏਗਾ ਉਹ ਦੇਵਾਂਗੇ ਪਰ ਨਾਲ ਨਾਲ ਜੇ ਇਹ ਵਾਅਦਿਆਂ ਨੂੰ ਪੂਰਾ ਨਹੀਂ ਕਰਨਗੇ ਤਾਂ ਉਹ ਵੀ ਇਹਨਾਂ ਨੂੰ ਡੈਮੋਕ੍ਰੇਟਿਕ ਪ੍ਰੋਸੈਸ ਦੇ ਅੰਦਰ ਜੋ ਤਰੀਕੇ ਹੁੰਦੇ ਆ ਅਸੀਂ ਸ਼ਾਂਤਮਈ ਢੰਗਾਂ ਨਾਲ ਉਹ ਯਾਦ ਵੀ ਕਰਾਵਾਂਗੇ ਔਰ ਪ੍ਰੋਟੈਸਟ ਵੀ ਕਰਾਂਗੇ। ਮੈਂ ਇਹ ਸਮਝਦਾ ਕਿ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਾ ਪਵੇ ਤਾਂ ਜ਼ਿਆਦਾ ਅੱਛਾ ਔਰ ਇਹ ਜਿਹੜੇ ਮਿਨਿਸਟਰਸ ਨੇ
अजे इन्हां नूं अनुभव लैण च एक्सपीरियंस लैण दे विच घट तो घट 6 महीने का समा लगना और लोगों को यूथ को ਇੰਨੀ ਲੰਬੀ ਉਡੀਕ ਕਰਨ ਦੀ ਹਿੰਮਤ ਨਹੀਂ ਹੈ। ਤੁਸੀਂ ਕਹਿ ਰਹੇ ਹੋ ਲੋਕਾਂ ਦੀ ਪੇਸ਼ੈਂਸ ਨਹੀਂ ਹੈ, ਉਮੀਦਾਂ ਬਹੁਤ ਜ਼ਿਆਦਾ ਨੇ, ਪਰ ਉਨੀਆਂ ਹੀ ਵੱਡੀਆਂ ਜੋ ਹੈ ਚੁਣੌਤੀਆਂ ਨਵੀਂ ਸਰਕਾਰ ਦੇ ਲਈ।